वाहेगुरु जी का खालसा, वाहेगुरु जी की फतेह। नमस्ते, अस्सलाम वालेकुम, ग्रीटिंग्स ऑफ द डे। वेलकम बैक टू योर ऑन यूट्यूब चैनल प्रोफेसर के पुष्पिंदर सिंह, अ ट्यूटर हु लर्न्स। बहुत बहुत धन्यवाद तुहाडा सारिया वीडियोज़ में इन्ना सपोर्ट करन लई और हर वीडियो नू व्हाट्सएप राही शेयर करन लई। ते नाल ही मैं तुहाडे अगे अपील करदा, चैनल नू सबसक्राइब करो, बैल दा आइकन दबाओ, लाइक कॉमेंट ते शेयर करो। तो अज की जी आप वीडियो बना रहे हैं, ये वीडियो है जी गुरु नानक देव यूनिवर्सिटी के विद्यार्थियों लिए। विद्यार्थियों के इंस्टाग्राम के उत्ते बहुत सारे मैसेजेस आए हुए थे कि गुरु नानक देव यूनिवर्सिटी एग्जाम जोड़े वह कदों लै रही है, क्योंकि विद्यार्थी वार बार कह रहे थे कि कितों पता नहीं लग रहा, ना वैबसाइट तो ना ही ऑफिशियल्स तो पता लग रहा कि वैब लूगी कदों यूनिवर्सिटी एग्जाम। तो आप किस तरीके पता करते हैं कि यूनिवर्सिटी जी एग्जाम कदों लूगी। ये गुरु नानक देव यूनिवर्सिटी की जी ऑफिशियल वैबसाइट है, ऑनलाइन पोर्टल है इन्हों का, वो आप खोलिया हो वैब लिंक जोड़ा मैं वीडियो की डिस्क्रिप्शन दे विच दे दूंगा। तो ये जेडे ये मेन मेन्यू दे हुंदे ने, आ देखो मेन मेन्यू वाले अपने को पहला ब्रश कट लिए, तो आ मेन मेन्यू दे आ थ्री लाइनज हुंदियां ने। आपां ਇਹਦੇ ਤੋਂ ਆਪਾਂ ਮੈਨਿਊ ਖੋਲਾਂਗੇ ਇਹਨਾਂ ਦਾ। ਜਦੋਂ ਮੈਨਿਊ ਖੋਲਦੇ ਹਾਂ ਤਾਂ ਮੈਨਿਊ ਖੋਲ ਕੇ ਨੀਚੇ 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 ਆਪਾਂ ਸਟੂਡੈਂਟਸ ਦੇ ਲਈ ਜੋ ਫੈਸਿਲਿਟੀਜ਼ ਨੇ ਉਹਦੇ ਉੱਤੇ ਕਲਿੱਕ ਕਰਾਂਗੇ। ਉਹਦੇ ਉੱਤੇ ਕਲਿੱਕ ਕਰਕੇ ਨੀਚੇ ਕਰਦੇ ਰਹੋ ਅਕੈਡਮਿਕ ਕੈਲੰਡਰ ਜਿਹੜਾ ਆ 2021-22 ਦਾ। ਆਪਾਂ ਅਕੈਡਮਿਕ ਕੈਲੰਡਰ ਦੇਖੀਏ, ਅਕੈਡਮਿਕ ਕੈਲੰਡਰ 2021-22 ਦਾ ਜਿਹੜਾ ਅਕੈਡਮਿਕ ਕੈਲੰਡਰ ਹੈ ਆਪਾਂ ਉਹ ਖੋਲਾਂਗੇ, ਕਿਉਂਕਿ ਆਪਾਂ 2021-22 ਦੇ ਵਿੱਚ ਦੇਖਣੇ ਆ ਪੇਪਰ। ਅਤੇ ਜੇ ਤੁਸੀਂ ਪਿਛਲੇ ਸਮੈਸਟਰ ਦੇ ਸਟੂਡੈਂਟਸ ਹੋ ਤਾਂ ਤੁਸੀਂ 2020-21 ਵਾਲਾ ਦੇਖ ਸਕਦੇ ਹੋ ਕੈਲੰਡਰ, ਪਰ ਆਪਾਂ 2021-22 ਵਾਲਾ ਕੈਲੰਡਰ ਦੇਖਾਂਗੇ, ਜਿਹਦੇ ਵਿੱਚ ਹੁਣ ਆਪਣੇ ਅਪ੍ਰੈਲ ਤੋਂ ਬਾਅਦ ਵਾਲੇ ਜਿਹੜੇ ਇਗਜ਼ਾਮਸ ਨੇ ਉਹਨਾਂ ਬਾਰੇ ਹੋਊਗਾ। ਤਾਂ ਆਪਾਂ ਜਦੋਂ ਇਹਨੂੰ ਕਲਿੱਕ ਕਰਦੇ ਹਾਂ ਤਾਂ ਉਹ ਕਹਿੰਦਾ ਕਿ ਡਾਊਨਲੋਡ ਦਾ ਫਾਈਲ ਅਗੇਨ, ਕਿਉਂਕਿ ਮੈਂ ਪਹਿਲਾਂ ਫਾਈਲ ਇਹ ਡਾਊਨਲੋਡ ਕਰ ਚੁੱਕਿਆ, ਤਾਂ ਉਹ ਅਗੇਨ ਕਰਨ ਲਈ ਕਹਿੰਦਾ। ਤਾਂ ਇਹਦੇ ਵਿੱਚ ਦੇਖੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਨਰਲ ਸ਼ਾਖਾ ਸਟੈਟ ਅਤੇ ਫੁਟਕਲ ਸੈਕਸ਼ਨ ਜਿਹੜਾ ਹੈ, ਸਟੈਟਿਸਟਿਕਸ ਐਂਡ ਮਿਸਲੇਨੀਅਸ ਡਿਪਾਰਟਮੈਂਟ, ਤਾਂ ਉਹਦਾ ਅਕੈਡਮਿਕ ਕੈਲੰਡਰ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਫੋਰ ਦਾ ਸੈਸ਼ਨ ਆਫ 2021-22 ਫੋਰ ਕ੍ਰੈਡਿਟ ਬੇਸਡ ਸਿਸਟਮ ਕੋਰਸਿਸ ਬੀਂਗ ਰਨ ਇਨ ਦਾ ਮੇਨ ਕੈਂਪਸ, ਰੀਜਨਲ ਕੈਂਪਸ, GNDU ਕਾਲਜ ਜਲੰਧਰ ਐਂਡ ASSM ਕਾਲਜ ਮੁਕੰਦਪੁਰ। ਤਾਂ ਇਹੀ ਸੇਮ ਜਿਹੜਾ ਸ਼ਡਿਊਲ ਹੈ ਉਹ ਸਾਰਿਆਂ 'ਤੇ ਲਾਗੂ ਹੁੰਦਾ, ਇਕੱਲੇ ਕ੍ਰੈਡਿਟ ਬੇਸਡ ਨਹੀਂ, ਸਾਰਿਆਂ ਦੇ ਉੱਤੇ ਹੀ ਇਹੀ ਜਿਹੜਾ ਸ਼ਡਿਊਲ ਹੈ ਉਹ ਲਾਗੂ ਹੁੰਦਾ ਹੁੰਦਾ। ਉਹਦੇ ਵਿੱਚ ਦੇ ਆਪਾਂ ਦੇਖੀਏ ਤਾਂ ਐਂਡ ਸਮੈਸਟਰ ਇਗਜ਼ਾਮ ਜਿਹੜੇ ਨੇ ਉਹ 14 ਜੂਨ ਤੋਂ ਲੈ ਕੇ ਔਰ 7 ਜੁਲਾਈ ਤੱਕ ਦਾ ਵਕਫ ਹੈ। ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਜਿੱਦਾਂ ਆਹ ਦੇਖੋ ਇਹਦੇ 'ਚ ਆਪਾਂ ਆਹ ਦੋਨੇ ਦੇਖਣੇ ਆ, ਐਂਡ ਸਮੈਸਟਰ ਇਗਜ਼ਾਮੀਨੇਸ਼ਨ ਸਮੈਸਟਰ 4th, 6th, 8th ਅਤੇ 10th ਫੋਰ 2018-19 ਐਂਡ 2019-20 ਬੈਚ ਅਤੇ 2020-21 ਬੈਚ ਦੇ ਲਈ 2nd ਦਾ ਜਿਹੜਾ ਪੇਪਰ ਹੈ। ਤਾਂ ਆਪਾਂ ਸਟਾਰਟਿੰਗ ਡੇਟ ਜੇ ਦੇਖੀਏ ਤਾਂ 14 ਜੂਨ ਹੈ, ਜੇ ਐਂਡ ਡੇਟ ਦੇਖੀਏ ਤਾਂ 7 ਜੁਲਾਈ ਹੈ। ਮਤਲਬ ਕਿ 14 ਜੂਨ ਤੋਂ ਲੈ ਕੇ 7 ਜੁਲਾਈ ਤੱਕ ਦੂਜਾ, ਚੌਥਾ, 6th, 8th ਅਤੇ 10th ਜਿਹੜਾ ਸਮੈਸਟਰ ਹੈ ਉਹਦੇ ਇਗਜ਼ਾਮਸ ਜਿਹੜੇ ਨੇ ਹੋਣੇ ਨੇ। ਤਾਂ ਇਹਨਾਂ ਦੇ ਬਾਰੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਪਿਛਲੀ ਵਾਰੀ ਰਿਕਾਰਡ ਤੋੜਿਆ ਟੀਟ ਤਾਈ ਦਾ, ਜਿਹਦੇ ਵਿੱਚ ਇਹ ਬਿਲਕੁਲ ਟੀਟ ਹੋ ਕੇ ਇਹਨਾਂ ਨੇ ਆਫਲਾਈਨ ਇਗਜ਼ਾਮਸ ਲਏ ਨੇ। ਕਾਫੀ ਤੰਗੀ ਪਰੇਸ਼ਾਨੀ ਵੀ ਹੋਈ ਸਟੂਡੈਂਟਸ ਨੂੰ, ਔਰ ਬਹੁਤ ਤੁਹਾਨੂੰ ਪਤਾ ਹੀ ਆਪਣੇ ਚੈਨਲ ਦੇ ਉੱਤੇ ਵੀ ਪਈਆਂ ਨੇ ਵੀਡੀਓਜ਼, ਜਦੋਂ ਬੱਚਿਆਂ ਨੇ ਪ੍ਰੋਟੈਸਟ ਕੀਤਾ ਸੀ ਔਰ ਨਵਦੀਪ ਵੀਰੇ ਦੀ ਕੁੱਟਮਾਰ ਵੀ ਹੋਈ ਹੈ ਡਿਊਰਿੰਗ ਪ੍ਰੋਟੈਸਟ, ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ। ਵੀਡੀਓ ਜਿਹੜੀ ਹੈ ਉਹ ਮੈਂ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਅਤੇ ਉੱਪਰ ਆਈ ਬਟਨ ਦੇ ਉੱਤੇ, ਇੱਥੇ ਦੇਖੋ ਆਈ ਬਟਨ ਦੇ ਉੱਤੇ, ਹਾਂਜੀ ਇਸ ਆਈ ਬਟਨ ਦੇ ਉੱਤੇ ਆ ਵੀਡੀਓ ਲਿੰਕ ਤੁਸੀਂ ਕਲਿੱਕ ਕਰਕੇ GNDU ਦੇ ਰਿਲੇਟਡ ਜਿਹੜੀਆਂ ਹੋਰ ਵੀਡੀਓਜ਼ ਨੇ ਉਹ ਤੁਸੀਂ ਦੇਖ ਸਕਦੇ ਹੋ। ਅਤੇ ਹਾਂਜੀ ਜਿਹੜੇ ਇਗਜ਼ਾਮਸ ਨੇ ਤੁਹਾਡੇ ਦੂਜੇ, ਚੌਥੇ, 6th ਅਤੇ 8th, 10th ਸਮੈਸਟਰ ਦੇ, ਉਹ 14 ਜੁਲਾਈ ਤੋਂ ਲੈ ਕੇ ਔਰ 14 ਜੂਨ ਤੋਂ ਲੈ ਕੇ 7 ਜੁਲਾਈ ਦੇ ਵਿੱਚ ਹੋਣਗੇ। ਸਾਰੀਆਂ ਹੀ ਯੂਨੀਵਰਸਿਟੀਜ਼ 6 ਜੁਲਾਈ ਦੇ ਵਿੱਚ ਪੇਪਰ ਲੈ ਰਹੀਆਂ ਨੇ, ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ 6 ਜੁਲਾਈ ਦੇ ਵਿੱਚ ਪੇਪਰ ਲੈ ਰਹੀਆਂ ਨੇ। ਇਸ ਲਈ ਤਿਆਰੀ ਤੁਸੀਂ ਉਸ ਹਿਸਾਬ ਨਾਲ ਕਰ ਲਓ ਕਿ ਜੂਨ ਦੇ ਵਿੱਚ, ਮਈ ਦੇ ਵਿੱਚ ਤੁਹਾਡੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹ ਆਉਣੀਆਂ ਤਿਆਰ ਹੋ ਜਾਣਗੀਆਂ, ਔਰ ਉਹਨਾਂ ਨੋਟੀਫਿਕੇਸ਼ਨਸ ਦੇ ਅਕੋਰਡਿੰਗ ਤੁਸੀਂ ਆਪਣੀ ਡੇਟ ਸ਼ੀਟ ਡਾਊਨਲੋਡ ਕਰਕੇ, ਰੋਲ ਨੰਬਰ ਡਾਊਨਲੋਡ ਕਰਕੇ ਕਰ ਲਓ।
कोई भी तुहानू समस्या आती है किसी तरह का भी तुसी कोई क्वेश्चन पूछना है तो वह क्वेश्चन जिहड़ा तुसी कॉमेंट सैक्शन दे विच पूछ सकते हो। कॉमेंट का असी रिप्लाई करते हैं, नाल दी नाल कोशिश करते हैं रिप्लाई करन दा, नहीं तो असी शाम तक तुहाडी कॉमेंट का रिप्लाई कर देवांगे। जे तुसी राती कॉमेंट किया तो वह अगली सवेर रिप्लाई हो जाता, पर असी कॉमेंट सैक्शन दे विच दित्ते हुए हर कॉमेंट का रिप्लाई जिहड़ा जरूर करते हैं। किसी तरह की भी तुहानू होर जरूरत हुंदी है अकैडमिक्स दे रिलेटेड, तुहाडे कोर्स दे रिलेटेड, तुसी सानू इंस्टाग्राम आईडी जो कि है प्रोफेसर के पुष्पिंदर सिंह, वो इंस्टाग्राम आईडी फॉलो करो ते उत्ते सानू डीएम करो, ते साडा फेसबुक पेज है प्रोफेसर के पुष्पिंदर सिंह, उन्हूं लाइक करो फेसबुक पेज नूं, ते उहदे उत्ते सानू तुसी डायरैक्ट मैसेज कर सकदे हो। उहदे उत्ते वट्सएप लिंक साडा दित्ता होया तां तुसी सानू वट्सएप राही राबता साडे नाल कायम कर सकदे हो। उम्मीद करदा तुहानू इनफॉर्मेशन चंगी लगी होगी, जे तुहानू इनफॉर्मेशन चंगी लगी है तो वीडियो नू लाइक करो, जे इनफॉर्मेशन बिल्कुल चंगी नहीं लगी तो भी वीडियो नू लाइक करो, क्योंकि मेहनत बहुत लगती है इनफॉर्मेशन लभण लई। चढ़दी कला विच रहो, एक जिंदगी मिली है, हस खेड के खुश होकर जियो। वाहिगुरू जी का खालसा, वाहिगुरू जी की फतेह। My world's so bright, it's hard to breathe, but that's alright.